ਇਹ ਜੀ, ਕੱਲ੍ਹ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੀ। ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 2024 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗੁਆਂਢੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ। ਜਸਵਿੰਦਰ ਸਿੰਘ ਆ ਜੀ, ਪ੍ਰੇਮ ਸਿੰਘ ਜੀ ਸਾਡਾ ਗਵਾਂਢੀ ਸੀਗਾ, ਮੇਰਾ ਪੋਤਾ ਸੀਗਾ। ਉਹ ਸਾਡੇ ਕੋਲ ਪਹਿਲਾਂ ਆਉਂਦਾ ਸੀਗਾ ਬਹੁਤ ਦੇਰ ਦਾ, ਵਿਆਹ ਸ਼ਾਦੀ ਨੂੰ ਮੂਹਰੇ ਰੱਖੀ ਦਾ ਸੀਗਾ। ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ। ਕਿੰਨੀ ਦੇਰ ਤੋਂ ਕੀਤਾ ਬੱਚੇ ਦੀ? ਉਹਨੂੰ ਹੋ ਗਏ ਜੀ ਆਪਣੇ 9.5 ਸਾਲ ਦਾ ਜੀ ਬੱਚਾ। ਕਿੰਨੀ ਦੇਰ ਤੋਂ? ਦੇਰ ਹੋ ਗਈ ਇਹਨੂੰ, ਲੋਹੜੀ 'ਤੇ ਹੋਇਆ ਜੀ ਇਹ ਕੰਮ ਸ਼ੁਰੂ। ਸਾਨੂੰ ਫਿਰ ਲੱਗਿਆ ਪਤਾ 4 ਦਿਨ ਹੋ ਗਏ ਜੀ ਲੱਗਿਆ ਸਾਨੂੰ ਪਤਾ, ਫਿਰ ਅਸੀਂ ਉੱਤਾ ਚੱਕਿਆ। ਇਹ ਘਰ ਆਉਂਦਾ ਜਾਂਦਾ? ਆਉਂਦਾ ਜੀ, ਘਰ ਆਉਂਦਾ ਜੀ। ਵਿਆਹ ਸ਼ਾਦੀ ਨੂੰ ਮੂਹਰੇ ਰੱਖਦੇ ਸੀਗੇ ਜੀ ਇਹਨੂੰ, ਕੋਈ ਪਾਰਟੀ ਪੂਰਟੀ ਕਰਨੀ ਤਾਂ ਹੀ ਮੂਹਰੇ ਰੱਖਦੇ ਸੀਗੇ। ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਇਹਨੇ। ਬੱਚੇ ਨਾਲ ਗੱਲ ਕੀਤੀ, ਫਿਰ ਅਸੀਂ ਲੈ ਕੇ ਆਏ ਫਿਰ ਇੱਥੇ। ਹਾਂ, ਪੁਲਿਸ ਨੂੰ ਚਲਾ ਦਿੱਤੀ ਜੀ, ਫੜਾ ਗਿਆ। ਫਿਰ ਡਰਾਉਂਦਾ ਸੀਗਾ ਜੀ ਵੀ ਤੈਨੂੰ ਲਾਈਨ 'ਤੇ ਛੱਡੂ, ਉੱਥੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ, ਵੀ ਤੈਨੂੰ ਮਾਰ ਦੇਣਗੇ ਉੱਥੇ। ਫਿਰ ਦੱਸਿਆ ਇਹਨੇ ਪਤੰਗ, ਪਤੰਗਾਂ ਦੇ ਬਹਾਨੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ। ਜਿਹੜੀ ਇਹਦੀ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ, ਇਹ ਬਾਹਰ ਗਈ ਸੀ ਕਨੇਡਾ 'ਚ, ਇਹ ਇਕੱਲਾ ਹੀ ਸੀਗਾ ਜੀ ਘਰ। ਇਹਨੂੰ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਹੈ ਜੀ, ਕਿਸੇ ਦੇ ਬੱਚਾ ਹੋਰ ਨਾ ਕਿਸੇ ਨੂੰ ਹੱਥ ਪਾਵੇ ਇਹ, ਅਤੇ ਗਾਹਾਂ ਨੂੰ ਸਮਝ ਆਵੇ ਇਹਨੂੰ ਮਾੜੀ ਮੋਟੀ। ਮੇਰਾ ਨਾਮ ਬਲਵਿੰਦਰ ਕੌਰ ਆ, ਮੇਰਾ ਪੋਤਾ ਸੀਗਾ 9.5 ਸਾਲ ਦਾ, ਸਾਡਾ ਗਵਾਂਢੀ ਸੀਗਾ ਪ੍ਰੇਮ ਸਿੰਘ। ਉਸ ਦਾ ਸਾਡੇ ਆਉਣਾ ਜਾਣਾ ਬਹੁਤ ਸੀਗਾ, ਉਹਦਾ ਸਾਡੇ ਘਰ ਦੇ ਨਾਲ ਘਰ ਆ, ਅਤੇ ਉਹ ਮੇਰੇ ਪੋਤੇ ਨੂੰ ਲੋਹੜੀ ਵਾਲੇ ਦਿਨ ਆਪਦੇ ਘਰ ਬੁਲਾ ਕੇ ਉਹਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ। 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੂੰ। ਹੁਣ ਪੋਤੇ ਮੇਰੇ ਨੇ ਘਰ ਆ ਕੇ ਦੱਸਿਆ ਵੀ ਉਹ ਕਹਿੰਦਾ ਜੇ ਤੂੰ ਘਰ ਜਾ ਕੇ ਦੱਸੇਗਾ ਤਾਂ ਮੈਂ ਤੈਨੂੰ ਲੈਣ 'ਤੇ ਛੱਡ ਆਊਂਗਾ, ਤੈਨੂੰ ਕੁੱਤੇ ਪਾੜ ਦੇਣਗੇ, ਉੱਥੇ ਖਾ ਜਾਣਗੇ। ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ, ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਇਹ ਕਿਸੇ ਨੂੰ ਹੋਰ ਹੱਥ ਨਾ ਪਾਵੇ, ਹਰ ਇੱਕ ਦਾ ਬੱਚਾ ਬਚ ਜਾਵੇ। ਇਹ ਜੀ, ਕੱਲ੍ਹ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੀ। ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 2024 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗੁਆਂਢੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ। ਉਹਦੇ ਸੰਬੰਧ 'ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਦਿੱਤਾ ਅਤੇ ਉਹਦੀ ਅਰੈਸਟ ਪਾ ਲਈ। 4-6 ਪੋਕਸੋ ਐਕਟ ਮੈਡੀਕਲ ਹੋ ਗਿਆ ਜੀ, ਮੈਡੀਕਲ ਹੋ ਰਿਹਾ ਜੀ। ਡਾਕਟਰ ਅਵਦੀਪ, ਕੇਸ ਆਇਆ ਉਹਨਾਂ ਵੀ ਕੀ ਆ ਉਹ ਮਾਮਲਾ ਪੂਰਾ ਜਿਹੜਾ ਬੱਚੇ ਦਾ? ਹਾਂਜੀ, ਮੇਰੇ ਕੋਲ ਹੁਣੀ 9 ਸਾਲ ਦਾ ਬੱਚਾ ਆਇਆ। ਹਿਸਟਰੀ ਹੈਗੀ ਕਿ ਉਹਦੇ ਨਾਲ ਕੁਛ ਗਲਤ ਹੋਇਆ ਅਤੇ ਆਪਾਂ ਉਹਦਾ ਮੈਡੀਕਲ ਕੀਤਾ ਅਤੇ ਸੈਂਪਲ ਆਪਾਂ ਰਿਪਿਊਟ ਕਰ ਲਏ ਆ, ਸੀਲ ਕਰ ਲਿਆ ਅਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਉੱਥੇ ਲੈਬ ਦੇ ਵਿੱਚ। ਕੁਛ ਮੂਵੀ ਜਾਣਕਾਰੀ ਤੋਂ ਪਤਾ ਲੱਗਿਆ ਵੀ ਗਲਤ ਹੁੰਦਾ ਰਿਹਾ ਬੱਚਾ ਕਿੰਨੀ ਕੁ ਦੇਰ? ਦੇਖੋ ਜੀ, ਉਹਦੀ ਹਿਸਟਰੀ ਲਈ ਸੀ ਬੱਚੇ ਦੀ, ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਆ ਕੁਛ ਹੋ ਰਿਹਾ, ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਹੈ।